ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਅੱਜ ਅਸੀਂ ਜੀਟੀਵੀ ਮਾਰਕੀਟ ਵਿਕੇ ਫਤੇ ਸਟੱਡੀਜ਼ ਦੇ ਪਹੁੰਚੇ ਆ ਜਿਨ੍ਹਾਂ ਦਾ ਕਿ ਸਾਨੂੰ ਜਿਹੜਾ ਰੈਫਰੈਂਸ ਸਾਡੇ ਬੜੇ ਭਾਈ ਸਾਹਿਬ ਨਵਤੇਜ ਡੀਆਰ ਵਾਲੇ ਖੰਨੇ ਸ਼ਹਿਰ ਦੇ ਮੰਨੇ ਪਰਮੰਨੇ ਟਰਾਂਸਪੋਰਟਰ ਨੇ ਉਹਨਾਂ ਨੇ ਦਿੱਤਾ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਆਈਲੈਂਡ ਸੈਂਟਰ ਨੇ ਜਿਹੜੇ 16 ਅਕਤੂਬਰ ਤੋਂ ਦੁਬਾਰਾ ਰੀਓਪਨ ਹੋ ਚੁੱਕੇ ਨੇ ਉਸੇ ਲੜੀ ਤਹਿਤ ਅੱਜ ਅਸੀਂ ਫਤੇ ਸਟੱਡੀਜ਼ ਸਾਡੇ ਸ਼ਹਿਰ ਦਾ ਮੰਨਿਆ ਪਰਮੰਨਿਆ ਬਹੁਤ ਰੈਪਿਊਟਿਡ ਇੰਸਟੀਚਿਊਟ ਹੈ ਆਓ ਗੱਲ ਕਰਦੇ ਆ ਉਹਨਾਂ ਦੇ ਓਨਰ ਦੇ ਨਾਲ ਧਰਮਿੰਦਰ ਜੀ ਦੇ ਨਾਲ ਕਿਉਂਕਿ 10 ਸ ਜਿਦਾਂ ਕਿ ਸਾਰਿਆਂ ਨੂੰ ਪਤਾ ਹੀ ਆ ਕਿ 15 ਮਾਰਚ 2020 ਤੋਂ ਸਾਰੇ ਲਾਕਡਾਊਨ ਲੱਗਿਆ ਹੋਇਆ ਸਾਰੇ ਬੱਚੇ ਮਤਲਬ ਆਇਲੈਂਡਸ ਨੂੰ ਘਰੇ ਬੈਠ ਕੇ ਉਹਨਾਂ ਨੂੰ ਲਾਕਡਾਊਨ ਲੱਗਿਆ ਸੀਗਾ ਉਸ ਤੋਂ ਬਾਅਦ ਸਾਰੇ ਇੰਸਟੀਟਿਊਟਸ ਬੰਦ ਕੀਤੇ ਹੋਏ ਨੇ ਤੇ ਉਸ ਤੋਂ ਬਾਅਦ ਹੁਣ 16 ਅਕਤੂਬਰ 2020 ਤੋਂ ਦੁਆਰਾ ਗਵਰਨਮੈਂਟ ਦੀਆਂ ਗਾਈਡਲਾਈਨਸ ਨਾਲ ਦੁਆਰਾ ਸਟਾਰਟ ਹੋਏ ਨੇ ਤਾਂ ਸਟਾਰਟਿੰਗ ਦੇ ਵਿੱਚ ਸਾਨੂੰ ਲਾਕਡਾਊਨ ਦੇ ਦੌਰਾਨ ਸਾਨੂੰ بڑے ਬੱਚਿਆਂ ਦੀਆਂ ਕਾਲਸ ਆਈਆਂ ਆਨਲਾਈਨ ਕਲਾਸਿਸ ਵਾਸਤੇ ਬਟ ਉਹਨਾਂ ਨੂੰ ਪ੍ਰੋਪਰ ਜੋ ਆਨਲਾਈਨ ਕਲਾਸਿਸ ਦੇ ਨਾਲ ਪ੍ਰੋਪਰ ਵੇ ਦੇ ਨਾਲ ਉਹਨਾਂ ਦੀ ਪ੍ਰੈਕਟਿਸ ਨਹੀਂ ਹੋ ਸਕੀ ਤਾਂ ਇਸ ਦੇ ਨਾਲ ਅਸੀਂ ਦੁਬਾਰਾ ਹੁਣ ਰੀਓਪਨ ਹੋਏ ਨੇ ਇੰਸਟੀਟਿਊਟਸ ਦਾ ਦੁਬਾਰਾ ਅਸੀਂ ਸਟਾਰਟ ਕੀਤਾ ਸਾਰਾ ਇੰਸਟੀਟਿਊਟ ਤਾਂ ਉਹਦੇ ਵਿੱਚ ਜਿੰਨੇ ਵੀ ਸਾਡੇ ਸਭ ਤੋਂ ਪਹਿਲਾਂ ਤਾਂ ਜਿਹੜਾ ਪੂਰਾ ਸਟਾਫ ਆ ਵੈਲ ਕੁਆਲੀਫਾਈਡ ਨੇ ਉਹ ਦੇ ਵਿੱਚ ਸਾਰੇ ਹੀ ਸਟਾਫ ਦੇ ਆਲਮੋਸਟ ਚੰਗੇ ਆਲਟ ਸਕੋਰ ਨੇ ਚੰਗਾ ਉਹਨਾਂ ਨੂੰ ਵੈਲ ਐਕਸਪੀਰੀਅੰਸ ਆ ਦੁਬਾਰਾ ਇੰਸਟੀਟਿਊਟ ਫੁੱਲ ਡੇ ਕਲਾਸਸ ਨੇ ਸਾਡੀਆਂ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਤੱਕ ਤੇ ਪੂਰੀਆਂ ਅਸੀਂ ਗਾਈਡਲਾਈਨਸ ਦਾ ਧਿਆਨ ਰੱਖ ਕੇ ਦੁਬਾਰਾ ਇੰਸਟੀਟਿਊਟ ਨੂੰ ਸੀ ਸਟਾਰਟ ਕੀਤਾ ਤਰਮਿੰਦਰ ਜੀ ਆਪਾਂ ਦੇਖਿਆ ਵੈ ਕਿ ਜਿਹੜੀ ਆਇਲੈਂਡ ਸੈਂਟਰ ਅੱਜ ਦੀ ਜਿਹੜੀ ਜਨਰੇਸ਼ਨ ਹੈ ਜਿਹੜਾ ਯੂਥ ਹੈ ਉਹ ਫੋਰਨ ਨੂੰ ਲੈ ਕੇ ਕ੍ਰੇਜ਼ੀ ਬਹੁਤ ਹੈ ਤੇ ਆਇਲੈਂਡ ਸੈਂਟਰ ਇੱਕ ਕੰਪੀਟੀਟਿਵ ਵਰਕ ਬਣ ਚੁੱਕਿਆ ਹੈ ਉਹਦੇ ਵਿੱਚ ਕੀ ਹੈ ਕਿ ਕੀ ਆਪਣੇ ਕੋਲ ਸਹੂਲਤਾਂ ਕੀ ਫੀਚਰਸ ਨੇ ਇਹੋ ਜੀਆਂ ਕਿ ਮੰਨ ਲਓ ਵੀ ਫੋਰ ਐਗਜ਼ਾਮਪਲ ਵਿਕੀ ਜੀ ਨੇ ਆਪਣਾ ਬੇਟਾ ਪਾਉਣਾ ਵੈ ਤੇ ਉਹਨੂੰ ਫੋਰਨ ਪੇ ਜਿੰਨਾ ਦਾ ਸਾਨੂੰ ਕੀ ਇਹੋ ਜਿਹੇ ਫੀਚਰਸ ਮਿਲਣਗੇ ਕਿ ਅਸੀਂ ਫਤਿਹ ਸਟੱਡੀਜ਼ ਜੁਆਇਨ ਕਰਾਈਏ ਉਹਨੂੰ ਬਿਲਕੁਲ ਸਰ ਸਭ ਤੋਂ ਪਹਿਲਾਂ ਤਾਂ ਅੱਜ ਕੱਲ ਸਾਰੇ ਹੀ ਜਿੰਨੇ ਮਤਲਬ ਕਿ ਯੂਥ ਆ ਸਪੈਸ਼ਲੀ ਯੰਗ ਬਲੱਡ ਆ ਸਾਰੇ ਪਲਾਨ ਕਰ ਰਹੇ ਨੇ ਕੈਨੇਡਾ ਆਸਟ੍ਰੇਲੀਆ ਯੂ ਐਸ اے ਯੂ ਕੇ ਹਰੇਕ ਹੀ ਪੇਰੈਂਟਸ ਆਪਣੇ ਬੱਚੇ ਦੇ ਫਿਊਚਰ ਨੂੰ ਲੈ ਕੇ ਬਹੁਤ ਕੌਨਸ਼ੀਅਸ ਆ ਤਾਂ ਅਸੀਂ ਜੋ ਸਾਡੇ ਇੰਸਟੀਚਿਊਟ ਦੇ ਵਿੱਚ ਸਪੈਸ਼ਲਿਟੀ ਹੈਗੀ ਆ ਅਸੀਂ ਬੱਚੇ ਦੀ ਪੂਰੀ ਕੈਰੀਅਰ ਕਾਉਨਸਲਿੰਗ ਕਰਦੇ ਹਾਂ ਸਪੈਸ਼ਲੀ ਉਹਨੇ ਕਿਸ ਕਾਲਜ ਦੇ ਵਿੱਚ ਜਾਣਾ ਉਹਦੀ ਜੋ ਐਕਚੁਅਲ ਸਟੱਡੀ ਕੀਤੀ ਆ ਉਹਦੀ ਰੈਲੇਵੈਂਸੀ ਕਿਹੜੇ ਉਹਦੇ ਕੋਰਸ ਨਾਲ ਬਣਦੀ ਆ ਉਹਨੂੰ ਪ੍ਰੋਪਰ ਅਸੀਂ ਗਾਈਡ ਕਰਦੇ ਆ ਫਿਰ ਉਹਦੀ ਆਲਸ ਦੇ ਵਿੱਚ ਹੈਲਪ ਕਰਦੇ ਆ ਪੂਰੀ ਚੰਗੇ ਜੋ ਆਲਸ ਦੀ ਰਿਕੁਆਇਰਮੈਂਟ ਆ ਚੰਗੇ ਕਾਲਜਿਸ ਦੀ ਜੋ ਕੈਨੇਡੀਅਨ ਪ੍ਰੋਗਰਾਮ ਦੀ ਰਿਕੁਆਇਰਮੈਂਟ ਆ ਅਸੀਂ ਉਹਦੇ ਅਕੋਰਡਿੰਗ ਉਹਦੀ ਪ੍ਰੈਪਰੇਸ਼ਨ ਕਰਵਾਉਂਦੇ ਆ ਉਹਦੇ ਚੰਗੇ ਬੈਂਡ ਸਕੋਰ ਆ ਕੇ ਉਹਨੂੰ ਚੰਗੀ ਕੰਟਰੀ ਗਾਈਡ ਕਰਦੇ ਆ ਜਿਵੇਂਤਰਮਿੰਦਰ ਜੀ ਆਪਾਂ ਦੇਖਿਆ ਹੋਵੇ ਕਿ ਉੱਥੇ ਵੀ ਅਲੱਗ-ਅਲੱਗ ਕਾਲਜ ਨੇ ਜਿਵੇਂ ਆਪਣੇ ਪੰਜਾਬ ਦੀਆਂ ਮੰਨੀਆਂ ਪਰਮੰਨੀਆਂ ਦਾ ਚਾਰ ਯੂਨੀਵਰਸਿਟੀਆਂ ਨੇ ਬਟ ਯੂਨੀਵਰਸਿਟੀਆਂ ਬਹੁਤ ਜ਼ਿਆਦਾ ਨੇ ਜਿਵੇਂ ਜੇਕਰ ਮੇਜਰ ਉੱਥੇ ਮੰਨ ਲਓ ਆਪਾਂ ਕੋਈ ਕੋਰਸ ਕਰਨਾ ਹੈ ਤਾਂ ਉਹਦੇ ਵਿੱਚ ਬੱਚੇ ਨੂੰ ਇਹ ਗਾਈਡਲਾਈਨ ਦਿੱਤੀ ਜਾਂਦੀ ਹੈ ਜਾਂ ਬੱਚੇ ਦੀ ਇਹ ਕਾਉਂਸਲਿੰਗ ਕੀਤੀ ਜਾਂਦੀ ਹੈ ਕਿ ਉਹ ਸਟੱਡੀ ਦੇ ਬਿਹਾਫ ਤੇ ਉੱਥੇ ਜੌਬ ਵੀ ਕਰ ਸਕੇ ਵਾਈਟ ਕਾਲਰ ਜੌਬ ਬਿਲਕੁਲ ਸਰ ਉੱਥੇ ਬਿਲਕੁਲ ਗਵਰਨਮੈਂਟ ਦੇ ਕੈਨੇਡੀਅਨ ਗਵਰਨਮੈਂਟ ਦੇ ਆਸਟ੍ਰੇਲੀਅਨ ਗਵਰਨਮੈਂਟ ਦੇ ਯੂਕੇ ਗਵਰਨਮੈਂਟ ਦੇ ਕੁਝ ਆਪਣੇ ਚੰਗੇ ਕਾਲਜਸ ਚੰਗੀਆਂ ਯੂਨੀਵਰਸਿਟੀਆਂ ਨੇ ਉਹ ਵੀ ਉਹਨਾਂ ਨੂੰ ਪ੍ਰਮੋਟ ਕਰ ਰਹੇ ਨੇ ਉਹਨਾਂ ਦੀਆਂ ਜੋ ਪ੍ਰੋਪਰ ਜੇ ਬੱਚਾ ਉੱਥੇ ਪ੍ਰੋਪਰ ਪੜ੍ਹ ਕੇ ਅੱਗੇ ਆਪਣੀ ਵਧੀਆ ਇੱਕ ਕੈਨੇਡਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਚੰਗੀ ਜੌਬ ਲੈ ਸਕਦਾ ਬਟ ਪ੍ਰੋਪਰਲੀ ਉਹਨੂੰ ਉੱਥੇ ਸਟੱਡੀ ਕਰਨੀ ਪਊਗੀ ਪ੍ਰੋਪਰਲੀ ਜੋ ਉੱਥੇ ਸੀ ਉਹਨਾਂ ਦੀਆਂ ਯੂਨੀਵਰਸਿਟੀ ਦੀਆਂ ਜੋ ਉੱਥੇ ਗਵਰਨਮੈਂਟ ਦੀਆਂ ਰਿਕੁਆਇਰਮੈਂਟਸ ਨੇ ਉਹਨੂੰ ਪ੍ਰੋਪਰ ਪੂਰੀਆਂ ਕਰਨੀਆਂ ਪੈਣਗੀਆਂ ਹਾਂਜੀ ਬਿਲਕੁਲ ਇਹ ਨਹੀਂ ਹੈਗਾ ਵੀ ਉਹ ਸਟਾਰਟਿੰਗ ਦੇ ਵਿੱਚ ਜਾ ਕੇ ਕੋਈ ਚੰਗੀ ਜੌਬ ਲਊਗਾ ਉਹਨੂੰ ਪੜ੍ਹ ਕੇ ਪਹਿਲਾਂ ਪ੍ਰੋਪਰਲੀ ਯੂਨੀਵਰਸਿਟੀ ਦੀ ਐਜੂਕੇਸ਼ਨ ਕਾਲਜ ਦੀ ਐਜੂਕੇਸ਼ਨ ਕੰ ਚੰਗੇ ਤਰੀਕੇ ਦੇ ਨਾਲ ਪੀਆਰ ਅਪਲਾਈ ਕਰ ਸਕਦਾ ਸਾਰੀਆਂ ਕੰਟਰੀਜ਼ ਦੇ ਵਿੱਚ ਤੁਸੀਂ ਪੀਆਰ ਅਪਲਾਈ ਕਰ ਸਕਦੇ ਹੋ ਉੱਥੇ ਦੇ ਰੂਲ ਰੈਗੂਲੇਸ਼ਨ ਦੇ ਅਕੋਰਡਿੰਗ ਚੱਲ ਕੇ ਚੰਗਾ ਉੱਥੇ ਤੁਹਾਡਾ ਭਵਿੱਖ ਹੈਗਾ ਬੱਚਿਆਂ ਦਾ ਬਹੁਤ ਵਧੀਆ ਤਰਮੇਂਦਰ ਜੀ ਨੇ ਜਿਹੜੀ ਗੱਲ ਕਹੀ ਹੈ ਕਿ ਭਵਿੱਖ ਸਹੀ ਹੈ ਜੇਕਰ ਆਪਾਂ ਉੱਥੇ ਸਟੱਡੀ ਕਰਨ ਜਾ ਰਹੇ ਹਾਂ ਤਾਂ ਸਟੱਡੀ ਹੀ ਕਰੀਏ ਵਰਕ ਨੂੰ ਜ਼ਿਆਦਾ ਪ੍ਰਾਇੋਰਟੀ ਨਾ ਦਈਏ ਸਾਡੇ ਨਾਲ ਮੈਮ ਵੀ ਬੈਠੇ ਨੇ ਮੈਮ ਅਸੀਂ ਦੇਖਿਆ ਵੈ ਕਿ ਅੱਜ ਦੇ ਟਾਈਮ ਦੇ ਵਿੱਚ ਯੂਥ ਦਾ ਕਰੇਜ਼ ਆ ਆਈਦਰ ਬੇਬੀ ਗਰਲ ਔਰ ਬੇਬੀ ਬੁਆਏ ਕੋਈ ਮੈਟਰ ਨਹੀਂ ਕਰਦਾ ਹੈਗਾ ਤਾਂ ਮਾਂ-ਬਾਪ ਦੀ ਇਹ ਸੋਚ ਹੁੰਦੀ ਹੈ ਕਿ ਬੱਚਾ ਮੇਰਾ ਵੀ ਆਈਲਟ ਕਰਕੇ ਆਈਦਰ ਉੱਥੇ ਉਹਨਾਂ ਨੂੰ ਕੋਈ ਜਾਣਦਾ ਔਰ ਨਹੀਂ ਜਾਣਦਾ ਹੈਗਾ ਤਾਂ ਤੁਹਾਡੇ ਹਿਸਾਬ ਦੇ ਨਾਲ ਲੜਕੀਆਂ ਨੂੰ ਇੱਥੋਂ ਆਈਲਟ ਕਰਕੇ ਉੱਥੇ ਜਾਣਾ ਕਿੰਨਾ ਕੁ ਸਹੀ ਹੈ ਸਰ ਬਿਲਕੁਲ ਬਹੁਤ ਵਧੀਆ ਓਪਰਚ्युनिटी ਹੈ ਅਸੀਂ ਆਇਲਸ ਦੇ ਨਾਲ ਨਾਲ ਉਹਨਾਂ ਨੂੰ ਓਵਰਸੀਜ਼ ਵੀ ਅਕਮੋਡੇਸ਼ਨ ਪ੍ਰੋਵਾਈਡ ਕਰਦੇ ਆ ਸਪੈਸ਼ਲੀ ਫॉर द ਗਰਲਸ 15 ਡੇਜ਼ ਉਹਨਾਂ ਨੂੰ ਫ੍ਰੀ ਅਕਮੋਡੇਸ਼ਨਸ ਦਿੱਤੀਆਂ ਜਾਂਦੀਆਂ ਨੇ ਚਾਹੇ ਉਹ ਕਿਸੇ ਵੀ ਪਲੇਸ ਤੇ ਉੱਤੇ ਜਾਣ ਐਨੀਵੇਅਰ ਇਨ ਕੈਨੇਡਾ ਐਂਡ ਇਨ ਅਦਰ ਕੰਟਰੀਜ਼ ਐਸ ਵੈਲ ਤੇ ਸਰ ਨੇ ਉਹਨਾਂ ਨੂੰ ਬਹੁਤ ਵਧੀਆ ਓਪਰਚ्युनिटीज ਦਿੰਦੇ ਨੇ ਕਿ ਉਹ ਉੱਧਰ ਜਾ ਕੇ ਪੜਨ ਇੱਥੇ ਵਧੀਆ ਬੈਂਡ ਸਕੋਰ ਲੈਣ ਤੇ ਉੱਧਰ ਜਾ ਕੇ ਉਹਨਾਂ ਨੂੰ ਰਹਿਣ ਦੀ ਵੀ ਕੋਈ ਚਿੰਤਾ ਨਹੀਂ ਹੁੰਦੀ ਹੈਗੀ ਜਦੋਂ ਉਹ ਜਾਂਦੇ ਨੇ ਸੋ ਵਧੀਆ ਓਪਰਚ्युनिटी ਐਕ ਜਿਵੇਂ ਕਿ ਮੈਮ ਦੇਖਿਆ ਪਿਆ ਉਰੇ ਆਮ ਹੁੰਦਾ ਵਾ ਜਿਵੇਂ ਮੰਨ ਲਓ ਮੈਂ ਸਕੂਲ ਚ ਲਾ ਰਿਹਾ ਮੈਂ ਕਲਾਸ ਅਟੈਂਡ ਕੀਤੀ ਦੈਨ ਫਿਨਿਸ਼ ਕੀ ਜਿਹੜੇ ਤੁਹਾਡੇ ਸਟੂਡੈਂਟਸ ਨੇ ਜਿਹੜੇ ਜਾਂ ਤੁਹਾਡੇ ਅਪਕਮਿੰਗ ਸਟੂਡੈਂਟਸ ਹੋਰ ਫੋਰਨ ਜਾ ਰਹੇ ਨੇ ਕੀ ਤੁਹਾਡੇ ਜਿਹੜੇ ਪਹਿਲਾਂ ਗਏ ਹੋਏ ਸਟੂਡੈਂਟਸ ਨੇ ਉਹਨਾਂ ਦੀ ਕੋਈ ਹੈਲਪ ਕਰਦੇ ਨੇ ਜਾਂ ਉਹਨਾਂ ਦੇ ਨਾਲ ਤੁਹਾਡਾ ਕੋਈ ਟਾਈ ਅਪ ਹੈ ਵੀ ਜਿਹੜਾ ਕਿ ਉਹਨਾਂ ਨੂੰ ਫਿਊਚਰਿਸਟਿਕ ਜਾਂ ਉਹਨਾਂ ਨੂੰ ਕੋਈ ਭਵਿੱਖ ਦੇ ਬਾਰੇ ਸਹੀ ਵਿਜ਼ਨ ਦਿਖਾ ਸਕਣ ਜਾਂ ਸਹੀ ਗਾਈਡਲਾਈਨ ਦੇ ਸਕਣ ਹਾਂਜੀ ਸਰ ਆਪਾਂ ਓਵਰਸੀਜ਼ ਦੇ ਵਿੱਚ 올 ਓਵਰ ਦਾ ਕੈਨੇਡਾ ਆਸਟ੍ਰੇਲੀਆ ਪਰ ਰਿਲੇਸ਼ਨਸ ਬਿਲਡ ਕੀਤੇ ਹੋਏ ਨੇ ਸੋ ਜਿਹੜੇ ਆਲਰੇਡੀ ਉਥੇ ਸਟੇ ਕਰ ਰਹੇ ਨੇ ਉਹ ਨਿਊ ਕਮਰਸ ਨੂੰ ਪੂਰੀ ਹੈਲਪ ਪ੍ਰੋਵਾਈਡ ਕਰਦੇ ਨੇ ਤੇ ਉਹਨਾਂ ਨੂੰ ਅਕੋਮੋਡੇਸ਼ਨ ਦੇ ਨਾਲ ਨਾਲ ਅਗਰ ਉਹਨਾਂ ਨੂੰ ਕੋਈ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਹਨਾਂ ਨੂੰ ਪੂਰੀ ਹੈਲਪ ਕੀਤੀ ਜਾਂਦੀ ਹੈ ਪੁਰਾਣੇ ਸਟੂਡੈਂਟਸ ਵੱਲੋਂ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਜੇ ਤੁਸੀਂ ਫਾਸਟ ਸਟੱਡੀਜ਼ ਦੇ ਉੱਪਰ ਉਸੇ ਦਾਅਰੇ ਰਹੇ ਹੋ ਤਾਂ ਤੁਸੀਂ ਸੇਫ ਹੋ ਬਹੁਤ اچھی ਗੱਲ ਮੈਮ ਨੇ ਸ਼ਾਰਟ ਐਂਡ ਬਰੀਫ ਕਰਤੀ ਕਿ ਜੇਕਰ ਤੁਸੀਂ ਫਤਿਹ ਸਟੱਡੀਜ਼ ਦੇ ਹਿਸਾਬ ਨਾਲ ਜਾ ਰਹੇ ਹੋ ਤਾਂ ਸੇਫ ਹੋ ਕਿਉਂਕਿ ਉਹ ਇੱਥੇ ਇੱਕ ਕੱਲਾ ਸਟੱਡੀ ਹੀ ਨਹੀਂ ਕਰਾਉਂਦੇ ਹੈਗੇ ਇੱਕ ਬੱਚਿਆਂ ਦੇ ਵਿੱਚ ਇੱਕ ਆਈਡਿਅਲਿਸਟਿਕ ਇੱਕ ਨਵੀਂ ਵਿਜਨ ਤੇ ਪਾਵਰ ਐਨਰਜੀ ਵੀ ਦਿੰਦੇ ਨੇ ਉਹਨਾਂ ਨੂੰ ਕਿ ਜਿਹੜੇ ਇਹਨੂੰ ਫਿਊਚਰ ਜਾ ਕੇ ਜਿਹੜੇ ਬਾਅਦ ਚ ਬੱਚੇ ਇੱਥੋਂ ਜਾ ਰਹੇ ਨੇ ਉਹਨਾਂ ਦੀ ਹੈਲਪ ਵੀ ਕਰ ਸਕਣ ਸਰ ਅਸੀਂ ਚਾਹੁੰਦੇ ਹਾਂ ਕਿ ਜਰੂਰ ਸਾਡੇ ਚੈਨਲ ਰਾਹੀਂ ਜਿਵੇਂ ਅੱਜ ਦਾ ਯੂਥ ਹੈ ਕਈ ਵਾਰੀ ਯੂਥ ਕੰਪੈਰੀਜ਼ਨ ਕਰਦਾ ਕਰਦਾ ਥੱਕ ਜਾਂਦਾ ਹੈ ਵੀ ਮੈਂ ਇੱਥੇ ਜਾਵਾਂ ਮੈਂ ਉੱਥੇ ਜਾਵਾਂ ਤੁਹਾਡੇ ਹਿਸਾਬ ਨਾਲ ਕਿਹੜੀਆਂ ਸਿੰਪਲ ਦੋ ਸਰ ਸਭ ਤੋਂ ਪਹਿਲਾਂ ਤਾਂ ਸਾਡਾ ਜਿਹੜਾ ਸਟਾਫ ਹੈ ਵੈਲ ਕੁਆਲੀਫਾਈਡ ਆ ਪੂਰਾ ਐਕਸਪੀਰੀਐਂਸਡ ਸਟਾਫ ਆ ਸਾਰਾ ਐਂਡ ਮੋਰਓਵਰ ਜਿਹੜੀ ਸਾਡਾ ਫੀਸ ਸਟਰਕਚਰ ਬੜਾ ਅਫੋਰਡੇਬਲ ਆ ਐਂਡ ਪੇਰੈਂਟਸ properly ਸਾਡੇ ਨਾਲ ਆ ਕੇ ਮੀਟਿੰਗਸ ਕਰ ਰੈਗੂਲਰ ਮੀਟਿੰਗਸ ਹੁੰਦੀਆਂ ਨੇ ਸਾਡੀਆਂ ਪੇਰੈਂਟਸ ਦੇ ਨਾਲ properly ਐਵਰੀ ਵੀਕ ਅਸੀਂ ਉਹਨਾਂ ਦਾ ਮੌਕ ਟੈਸਟ ਕੰਡਕਟ ਕਰਦੇ ਹਾਂ ਮੌਕ ਟੈਸਟ ਤੋਂ ਬਾਅਦ ਮੰਡੇ ਉਹਨਾਂ ਦਾ ਰਿਜ਼ਲਟ ਆਉਂਦਾ ਰਿਜ਼ਲਟ ਅਸੀਂ ਪੇਰੈਂਟਸ ਦੇ ਨਾਲ ਡਿਸਕਸ ਕਰਕੇ ਫਿਰ ਅੱਗੇ ਉਹਨਾਂ ਦੀਆਂ ਟੈਸਟ ਡੇਟਸ ਟੈਸਟ ਡੇਟਸ ਉਹਨਾਂ ਦੀਆਂ ਚੂਜ਼ ਕਰਦੇ ਹਾਂ ਜਿੱਦਾਂ ਜਿੱਦਾਂ ਦੀ ਬੱਚੇ ਦੀ ਪ੍ਰੋਗਰੈਸ ਹੈਗੀ ਆ ਅਸੀਂ ਬੱਚਿਆਂ ਨੂੰ ਪ੍ਰਮੋਟ ਡਿਮੋਟ ਉਹਨਾਂ ਦੇ ਅਕੋਰਡਿੰਗ ਜਿੰਨਾਂ ਦੀ ਉਹਨਾਂ ਪ੍ਰੋਗਰੈਸ ਹੁੰਦੀ ਆ ਉਹਨਾਂ ਨੂੰ ਅਸੀਂ ਉਹਨਾਂ ਦੇ ਬੈਚਸ ਦੇ ਵਿੱਚ ਪ੍ਰਮੋਟ ਡਿਮੋਟ ਕਰਦੇ ਰਹਿੰਦੇ ਹਾਂ ਬਿਲਕੁ ਥੈਂਕ ਯੂ ਜੀ ਬਹੁਤ ਵਧੀਆ ਗੱਲ ਉਹਨਾਂ ਨੇ ਦੱਸੀ ਕਿ ਕੱਲੀ ਸਟੱਡੀ ਤੱਕ ਸਾਡੀਆਂ ਜਿਹੜੀਆਂ ਸੇਵਾਵਾਂ ਸੀਮਤ ਨਹੀਂ ਬੱਚੇ ਨੂੰ ਕਾਉਂਸਲ ਕਰਨਾ ਤੇ ਉਹਨੂੰ ਸਹੀ ਲਾਈਫ ਦੇ ਵਿੱਚ ਗਾਈਡਲਾਈਨ ਦੇਣਾ ਇਹ ਵੀ ਉਹਨਾਂ ਦੇ ਏਜੰਡੇ ਦਾ ਇੱਕ ਹਿੱਸਾ ਵੈ ਮੈਂ ਹਰਪ੍ਰੀਤ ਆਲੂਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਥੈਂਕ ਯੂ ਵੈਰੀ ਮੱਚ ਜੀ